जी वाहिगुरु जी का खालसा वाहिगुरु जी फतेह जी। ये जिहड़ा बस अड्डा हजे बंद पिया, नवा बस अड्डा जिहड़ा बनया जी बहादुरगढ़ का, जिहनू बनाया इन्होंने जी आयां नू पिंड कैलीफोर्निया, उहदे विच जिन्नियां भी ट्रालियां अगे भी दस्सिया सी सारियां खड़ियां जी इत्थे पुराणियां, कोई भी 26-23 ट्राली नहीं गई मुड़ के बाद विच। आ देखो इधर भी सारे भांडे सैल्फां पा पा के पक्के रखे आ जी, सारा समान रखे साढ़े जिम्मेदार भरा बैठे आ, अपना राशन पानी भी इधर बना रहे आ, दूजे पासे साढ़े किसान भरा। ये असी हुण आए आ इधर जी अपने जिहड़ा इन्हां नू जोड़बंदां नू जिहड़ां नू भी समान चाहीदा सीगा, साढ़े इत्थे संगतां ने समान सानू भेजिया सी पिंड मेमा तों, लोइयां छौर गोडे दे पाउणियां जराबां ਉਹਨੇ ਮੁੜ ਗਿਆ ਭੋਣੇ ਇੱਕ ਮਿੰਟ, ਅਤੇ ਹੋਰ ਸਮਾਨ ਜਿਹੜਾ ਸੀਗਾ ਟੋਪੀਆਂ ਵਗੈਰਾ ਜਿਹਨਾਂ ਜਿਹਨਾਂ ਵੀ ਲੋੜਵੰਦਾਂ ਨੂੰ ਚਾਹੀਦੀਆਂ ਸੀਗੀਆਂ ਉਹ ਅਸੀਂ ਇਸ ਵੰਡਣ ਆਏ ਹਾਂ। ਸਾਰੀਆਂ ਬੀਬੀਆਂ ਨੂੰ ਘੁੰਮ ਫਿਰ ਕੇ ਆਦਮੀਆਂ ਨੂੰ ਜੋ ਵੀ ਕਿਸਾਨ ਭਾਈ ਆ ਸਾਡੇ ਉਹਨਾਂ ਨੂੰ ਜੋ ਜੋ ਸਮਾਨ ਚਾਹੀਦਾ ਹੋਊਗਾ ਦੇਖ ਕੇ ਉਹਨਾਂ ਨੂੰ ਵੰਡਿਆ ਜਾਊਗਾ, ਕਿਉਂਕਿ ਜਿਹੜੇ ਲੰਬੇ ਸਮੇਂ ਤੋਂ ਬੈਠੇ ਆ ਇੱਥੇ ਉਹਨਾਂ ਨੂੰ ਸਮਾਨ ਵੰਡਿਆ ਜਾਊਗਾ ਜੀ। ਅਤੇ ਅਸੀਂ ਹੁਣ ਘੁੰਮ ਫਿਰ ਕੇ ਦੇਖ ਰਹੇ ਹਾਂ ਜਿਹੜੇ ਪੁਰਾਣੇ ਬੰਦੇ ਬੈਠੇ ਜਿਹਨਾਂ ਨੂੰ ਲੋੜ ਆ, ਆਹ ਬੀਬੀਆਂ ਸਾਡੀਆਂ ਲੰਗਰ ਬਣਾ ਰਹੀਆਂ ਜੀ ਭੈਣਾਂ ਸਾਡੀਆਂ, ਅਤੇ ਇਹਨਾਂ ਸਾਰਿਆਂ ਨੂੰ ਦੇਖ ਕੇ ਘੁੰਮ ਕਰਕੇ ਇੱਥੇ ਸਮਾਨ ਵੰਡਿਆ ਜਾਊਗਾ ਜੀ। ਹੁਣੇ ਥੋੜ੍ਹੇ ਮਿੰਟਾਂ ਦੇ ਵਿੱਚ ਹੀ, ਧੰਨਵਾਦ ਜੀ ਸਾਰਿਆਂ ਦਾ ਜੀ, ਕਰ ਦਿਓ ਬਾਬਾ ਕੀ ਆਪਣੇ ਕੋਲ ਵਰਾਇਟੀ ਆ। ਅਸੀਂ ਜਿਹੜਾ ਇਹ ਪਿੰਡ ਕੈਲੀਫੋਰਨੀਆ ਬਣਾਇਆ ਜੀ ਬਹਾਦਰਗੜ੍ਹ ਵਿੱਚ, ਇੱਥੇ ਆ ਕੇ ਸਮਾਨ ਕੁਛ ਵੰਡਣ ਆਏ ਸੀ ਜਦ ਸਾਡੇ ਵੀਰਾਂ ਦਿੱਤਾ ਸੀਗਾ, ਅਤੇ ਜਦੋਂ ਅਸੀਂ ਇੱਥੇ ਆ ਕੇ ਮੂਵੀ ਬਣਾਉਣ ਲੱਗੇ ਤਾਂ ਸਾਡੇ ਤੋਂ ਬਜ਼ੁਰਗ ਆਏ, ਬਹੁਤ ਸਿਆਣੇ ਬਜ਼ੁਰਗ ਆਏ, ਇਹਨਾਂ ਨੇ ਕਿਹਾ ਵੀ ਸਾਡੀ ਆਵਾਜ਼ ਜਿਹੜੀ ਉਠਾਓ ਤੁਸੀਂ ਮੀਡੀਆ ਤੱਕ, ਕਿ ਜਿਹੜਾ ਇਹ ਗੋਦੀ ਮੀਡੀਆ ਗਲਤ ਪ੍ਰਚਾਰ ਕਰ ਰਿਹਾ ਆ। ਅਸੀਂ ਬਹੁਤ ਲੰਬੇ ਸਮੇਂ ਤੋਂ ਬੈਠੇ ਇਸੇ ਤਰ੍ਹਾਂ ਟਰਾਲੀਆਂ ਖੜੀਆਂ ਇਹ, ਇਹ ਸਾਰੇ ਸਾਡੇ ਕਿਸਾਨ ਪਰ ਇੱਕ ਮਿੰਟ ਦੇ ਵਿੱਚ ਇਕੱਠੇ ਹੋ ਗਏ, ਇਹਨਾਂ ਸੁਣੋ ਜੀ ਬਜ਼ੁਰਗਾਂ ਤੋਂ ਅਸੀਂ ਚੱਲੀਆਂ ਅਸੀਂ ਰਹਿਣੀਆਂ ਅੱਗੇ ਸਾਡੇ ਵੀਰੇ ਬਹੁਤ ਦੱਸਿਆ ਦਿਵਾਲੀ ਉਹ ਵੀ ਸਭ ਦੱਸਿਆ, ਵਿਸਾਖੀ ਇੱਥੇ ਵੇਖਣੀ ਆ, ਅਸੀਂ ਇੱਥੇ ਵਿਸਾਖੀ ਵੇਖਣੀ ਆ ਪਹਿਲਾਂ ਵੀ ਸਾਡੇ ਬਜ਼ੁਰਗ ਆ ਸਾਡੇ ਗੁਰੂ ਸਾਹਿਬ ਜੀਆਂ ਪਾਉਂਦੇ ਆਏ ਆ ਅਤੇ ਉਹਨਾਂ ਨੂੰ ਪਾਵਾਂਗੇ, ਹਾਂ ਅਸੀਂ ਚੁਖਣਾਈ ਇਹ ਤੁਹਾਨੂੰ ਠੀਕ ਹੈ ਜੀ। ਬਹੁਤ ਸ਼ਾਹ ਇਹਨਾਂ ਤੱਕ ਸਾਰੇ ਕਿਸਾਨ ਭਰਾਵਾਂ ਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਧੀਆਂ ਵੀ ਸਾਰੇ ਬੱਚੇ ਜੀ ਕੋਈ ਨਹੀਂ ਆਪਾਂ ਜੱਤੀ ਜਾਂ ਕਿੰਨਾ ਚਿਰ ਹੋਇਆ ਜਦੋਂ ਆਇਆ ਜੀ 2 ਮਹੀਨੇ ਹੋ ਗਿਆ ਜਦੋਂ ਸ਼ੰਗਾ ਹੋ ਗਿਆ ਜੀ, ਇੱਥੇ ਆਇਆ ਨੂੰ ਸਾਰੇ ਪੁਰਾਣੇ ਸਾਰੇ ਕਿਸਾਨ ਬੈਠੇ ਆ, ਕੋਈ ਵੀ ਗਿਆ ਨਹੀਂ ਇੱਥੇ, ਜਿਹੜਾ ਮੋਦੀ ਦਾ ਪ੍ਰਚਾਰ ਸੀਗਾ ਉਹ ਬਿਲਕੁਲ ਝੂਠ ਸੀਗਾ, ਸਾਰੇ ਕਿਸਾਨ ਭਰਾ ਪੁਰਾਣੇ ਹੀ ਬੈਠੇ ਆ ਜੀ। ਵਾਰੀ ਵਾਰੀ ਇੱਕ ਦੂਜੇ ਦਾ ਕੰਮ ਕਰਦੇ ਪਿੱਛੇ ਕਰਦੇ ਆ ਸਾਡੇ, ਹਾਂ ਦਵਾਈ ਪਾਉਂਦੇ ਆ ਠੀਕ ਆ, ਤੁਸੀਂ ਮਾਲਵੇ ਤੋਂ ਸਾਰੇ ਵੀਰ ਜੀ ਟਾਰਗੇਟ ਬਣਾ ਕੇ ਮੈਂ ਜਾਵਾਂ ਵਿਹਲਾ ਹੈ ਤੇ ਨਾਮ ਨਹੀਂ ਕੁਖਦਾ ਫਿਕਰਾ, ਮੈਂ ਤਾਂ ਆਪਦੀ ਜਾਣ ਦਾ ਫਿਕਰਾ ਜਾਣ ਮੈਂ ਬਾਤ ਨੂੰ ਮੋਦੀ ਨਾਮ ਨੂੰ ਇਹ ਕਹਿੰਦਾ ਮੈਂ ਤਾਂ ਇੱਥੇ ਇੱਥੇ ਠੀਕ ਹੈ ਜੀ। ਬਹੁਤ ਵਧੀਆ ਜੀ, ਬਹੁਤ ਪੁਰਾਣੇ ਬੰਚੇ ਬੈਠੇ ਜ਼ਿਮੀਦਾਰ ਜੀ 77 ਦੇ ਤੋਂ ਜੀ ਸਾਰੇ ਖੱਤੇ ਕੰਮ ਤੋਂ ਬੈਠੇ ਆ ਜੀ, ਸਮਾਨ ਥੋੜਾ ਦੇਣ ਆਏ ਸੀਗੇ, ਲੋਈਆਂ ਕੋਈ ਗੋਡੇ ਦੇ ਪਾਉਣ ਲਈ ਜਰਾਬਾਂ, ਬਿਸਕੁਟ ਵੀ ਰਸ ਵੀ ਲੈ ਆਓ।